ਗਰਮਜੀਤ ਸਿੰਘ ਔਜਲਾ ਦੀ ਕਹਾਣੀ ਹੈ ਕੁੱਤਿਆਂ ਦੀ ਰੋਟੀ ਪਿਓ ਦੀ ਮੌਤ ਤੋਂ 1 ਸਾਲ ਬਾਅਦ ਹੀ ਚਾਰੇ ਭਰਾ ਵੰਡ-ਵੰਡਾਈ ਕਰਕੇ ਇੱਕ ਦੂਜੇ ਨੂੰ ਪਿੱਛੇ ਛੱਡਣ ਦੀ ਹੋੜ ਵਿੱਚ ਲੱਗ ਗਏ ਸਨ ਇਸ ਕੰਮ ਚੋਨਾ ਚੌਹਾਂ ਦੀਆਂ ਵੋਟੀਆਂ ਉਹਨਾਂ ਨੂੰ ਪੂਰੀ ਹੱਲਾਸ਼ੇਰੀ ਦਿੰਦੀਆਂ ਦਰਾਣੀਆਂ ਜਠਾਣੀਆਂ ਦੀ ਆਪਸੀ ਈਰਖਾ ਤੁਖ ਦੀ ਅੱਗ ਨੂੰ ਹਵਾ ਦੇ ਕੇ ਉੱਤੇ ਤੇਲ ਪਾ ਕੇ ਭਾਂਬੜ ਬਲਣ 'ਚ ਪੂਰੀ ਤਰ੍ਹਾਂ ਕਾਮਯਾਬ ਸੀ ਨਤੀਜੇ ਵਜੋਂ ਜਿੱਥੇ ਭਰਾ ਚਾਰੇ ਭਰਾ ਇੱਕ ਦੂਜੇ ਨੂੰ ਵੀਰ-ਵੀਰ ਕਹਿੰਦੇ ਥੱਕਦੇ ਨਹੀਂ ਸਨ ਹੁਣ ਇੱਕ ਦੂਜੇ ਲਈ ਚੱਪਲਾਂ ਤੇ ਘਸੁੰਨ ਮੁੱਕੀ ਦਾ ਦਿਲ ਖੋਲ ਕੇ ਪ੍ਰਯੋਗ ਕਰਦੇ ਸਨ ਚੌਂ ਭਰਾਵਾਂ 'ਚ ਸ਼ੌਕੀ ਸਭ ਤੋਂ ਵੱਡਾ ਤੇ ਭਾਸ਼ੀ ਸਭ ਤੋਂ ਛੋਟਾ ਸੀ ਦੂਜੇ ਨੰਬਰ ਤੇ ਕ੍ਰਿਸ਼ਨ ਤੇ ਤੀਜੇ ਨੰਬਰ ਤੇ ਆਨੰਦ ਸੀ ਉਮਰ 'ਚ ਭਾਵੇਂ ਵੱਡੇ ਛੋਟੇ ਸਨ ਪਰ ਲੜਾਈ ਝਗੜੇ 'ਚ ਸਾਰੇ ਬਰਾਬਰ ਉਹਨਾਂ ਦੀਆਂ ਵਾਟੀਆਂ ਉਹਨਾਂ ਦੀਆਂ ਸਹਿਯੋਗੀ ਸਨ ਵਾਟੀਆਂ ਦੇ ਰਾਹੀਂ ਖਬਰ ਉਹਨਾਂ ਦੇ ਪੇਕਿਆਂ ਤੱਕ ਪਹੁੰਚੀ ਤੇ ਸਹਰੇ ਅੱਪੂ ਆਪਣੇ ਜਵਾਈਆਂ ਬਾਰੇ ਫਿਕਰਮੰਦ ਹੋ ਗਈ ਜਥਾ ਸ਼ਕਤ ਉਪਰਾਲੇ 'ਚ ਲੱਗ ਪਏ। ਭਾਸ਼ੀ ਦੇ ਸਹਰੇ ਦਾ ਕੋਈ ਮੁੰਡਾ ਨਹੀਂ। ਉਹਨਾਂ ਨੂੰ ਸੁਨਹਿਰੀ ਮੌਕਾ ਮਿਲਿਆ ਉਹਨੂੰ ਘਰ ਜਵਾਈ ਬਣਾਉਣ ਦਾ। ਉਹਦੀ ਬੋਟੀ ਉਹਦੇ ਕੰਨ ਖਾਂਦੀ ਰਹਿੰਦੀ ਕਿ ਉਹਨੂੰ ਕਲੇਸ਼ ਤੇ ਚੰਗੜਖਾਨੇ 'ਚੋਂ ਕੱਢ ਦਿੱਤਾ ਸੀ। ਸ਼ੌਕੀ ਦਾ ਸਹਰਾ ਉਹਦੀ ਮਦਦ ਤੇ ਸਿਆਣੀਆਂ ਸਲਾਹਾਂ ਦੇਣ ਲਈ ਉਹਦੇ ਕੋਲ ਹੀ ਆ ਡਟਿਆ ਸੀ ਮਾਨੋ ਘਰ ਸਹਰਾ ਬਣ ਗਿਆ ਹੋਵੇ। ਕ੍ਰਿਸ਼ਨ ਨੂੰ ਉਹਦੇ ਸਹੁਰਿਆਂ ਨੇ ਪੱਕੀ ਕਰਤੀ ਸੀ ਕਿ ਉਹ ਕਿਸੇ ਕਾਗਜ਼ ਤੇ ਦਸਖਤ ਕਰਕੇ ਭਰਾਵਾਂ ਨੂੰ ਨਾ ਦੇਵੇ। ਨੰਦ ਦੀ ਵੋਟੀ ਆਪਣੀ ਮਾਂ ਕੋਲੋਂ ਸਮਝੀ ਹੋਈ ਉਹਨੂੰ ਯਾਦ ਕਰਾਉਂਦੀ ਰਹਿੰਦੀ ਕਿ ਉਹ ਆਪਣੇ ਭਰਾਵਾਂ ਦੇ ਕਿਸੇ ਯਾਰ ਮਿੱਤਰ ਜਾਂ ਰਿਸ਼ਤੇਦਾਰ ਕੋਲੋਂ ਕੁਝ ਖਾਵੇ ਪੀਵੇ ਨਾ ਕਿਉਂਕਿ ਤਵੀਤਾਂ ਦਾ ਬੜਾ ਖਤਰਾ ਸੀ। ਚਾਰੇ ਭਰਾਪੋ ਆਪਣੇ ਸਹੁਰਿਆਂ ਤੇ ਵੋਟੀਆਂ ਦੀ ਕੀਮਤੀ ਨੇਕਸਲਾ ਤੇ ਸੱਚੇ ਦਿਲੋਂ ਅਮਲ ਕਰਦੇ। ਮੌਕਾ ਮਿਲਣ ਤੇ ਇੱਕ ਸੁਨਮੁਖੀ ਹੋਏ ਉਹਕੇ ਇੱਕ ਦੂਜੇ ਦੇ ਕੱਪੜੇ ਪਾੜਦੇ ਧੀਆ ਪਹਿਣਾ ਤੇ ਮਾਵਾਂ ਦੀਆਂ ਗਾਲਾਂ ਕੱਢਦੇ ਵਕਤ ਲੰਘਦਾ ਗਿਆ ਚਾਰੇ ਭਰਾਵਾਂ ਦਾ ਉਹੋ ਹੀ ਵਤੀਰਾ ਸੀ ਹਰ ਕੋਈ ਕਹਿੰਦਾ ਕਿ ਸੰਜੀ ਥਾਂ ਉਹਨੇ ਬਹੁਤ ਖਰਚਾ ਕੀਤਾ ਸੀ ਦੂਜੇ ਭਰਾਵਾਂ ਨੇ ਉਹਨੂੰ ਠੱਗਿਆ ਧੋਖਾ ਦਿੱਤਾ ਸੀ ਜਨਾਨੀਆਂ ਮਾਸੇ ਦਾ ਸੇਰ ਬਣਾਉਂਦੀਆਂ ਤੇ ਜਦੋਂ ਵੀ ਭਰਾ ਇਕੱਠੇ ਹੁੰਦੇ ਜੂਤ ਪੁੱਤਾਨ ਅਟਲ ਹੁੰਦਾ ਇਹੋ ਜੇ ਮੌਕੇ ਸੰਜੀ ਰਿਸ਼ਤੇਦਾਰੀ ਜਿਵੇਂ ਨਾਨਕੇ ਭੂਆ ਤੇ ਭਣਭਈਏ ਦੇ ਘਰ ਵਿਆਹ ਸ਼ਾਦੀ ਮਰਗ ਮੁੰਡਰ ਮਹੂਰਤ ਆਤੇ ਹੀ ਹੁੰਦੇ ਅਜੇ ਇੱਕ ਮੌਕੇ ਤੇ ਨੰਦ ਨੇ ਸ਼ੋਕੀ ਨੂੰ ਚੱਕ ਕੇ ਇੱਟ ਮਾਰੇ ਚੰਗੀ ਕਿਸਮਤ ਨੂੰ ਇੱਟ ਸਿਰ 'ਚ ਨਾ ਲਾ ਕੇ ਸ਼ੋਕੀ ਦੇ ਮੋਢੇ ਤੇ ਲੱਗੇ ਕਈ ਦਿਨ ਸੇਕ ਤੇ ਮਾਲਿਸ਼ਾਂ ਹੁੰਦੀਆਂ ਰਹੀਆਂ ਪਰ ਸਭ ਤੋਂ ਸ਼ੋਕੀ ਦਾ ਸਹੁਰਾ ਬੜਾ ਫਿਕਰਮੰਦ ਹੋਇਆ ਸ਼ੋਕੀ ਦੇ ਸਹੁਰੇ ਲਾਲਾ ਕਿਰਪਾ RAM ਨੂੰ ਲਗਾ ਕੇ ਉਹਦੇ ਜਵਾਈ ਦੀ ਗ੍ਰਹਿ ਚਾਲ 'ਚ ਕੋਈ ਫਰਕ ਹੈ ਉਹਨੇ ਇੱਕ ਜੋਤਿਸ਼ੀ ਨੂੰ ਸਭ ਕੁਝ ਕਹਿ ਸੁਣਾਇਆ ਜੋਤਿਸ਼ੀ ਨੇ ਪੱਤਰੀ ਦੇ ਪੱਤਰੇ ਫੋਲੇ ਨ ਛਤਰਾਂ ਦੇ ਟੇਵਿਆਂ ਤੇ ਵਿਚਾਰ ਕੀਤੀ ਆਪਣੇ ਦੱਛਣਾ ਲਈ ਸ਼ੌਕੀ ਦੇ ਰਾਹੂ ਤੇ ਮੰਗਲ ਦੀ ਟੇਢੀ ਦ੍ਰਿਸ਼ਟੀ ਕਾਰਨ ਕਲੇਸ਼ ਤੇ ਦੁਸ਼ਮਣੀ ਦਾ ਸ਼ਿਕਾਰ ਦੱਸਿਆ ਇਹਦੇ ਇਲਾਜ ਲਈ ਜੋਤਸ਼ੀ ਜੀ ਨੂੰ ਕਈ ਕਿਸਮ ਦੇ ਦਾਨ ਤੇ ਸ਼ੌਕੀ ਦੇ ਹੱਥੀ ਕਾਲੇ ਕੁੱਤਿਆਂ ਨੂੰ ਰੋਟੀ ਜਾਂ ਹੋਰ ਖਾਣ ਪੀਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਘੱਟੋ ਘੱਟ 40 ਦਿਨਾਂ ਤੱਕ ਪਾਉਣਾ ਸੀ ਸੌਰੀ ਦੀ ਤਾਕੀਦ ਘਰ ਵਾਲੀ ਦੀ ਜ਼ਿੱਦ ਤੇ ਮੋਢੇ ਤੇ ਵੱਜੀ ਇੱਟ ਦੀ ਯਾਦ ਨੇ ਸ਼ੌਕੀ ਕੋਲੋਂ ਉਪਾਅ ਅਗਲੀ ਸਵੇਰ ਤੋਂ ਹੀ ਸ਼ੁਰੂ ਕਰਵਾ ਦਿੱਤਾ ਅਗਲੇ 40 ਦਿਨ ਚੌਂ ਭਰਾਵਾਂ ਦਾ ਕਿਸੇ ਸਾਂਝੇ ਮੁਰਜ਼ੀ ਤੇ ਇਕੱਠ ਨਾ ਹੋਇਆ ਸੁੱਕ ਸੁੰਨਮੁਖੀ ਗਾਲੋ ਗਾਲੀ ਇਟ ਖਿੜਕੇ ਦੀ ਨੌਬਤ ਹੀ ਨਾ ਆਈ ਸ਼ੋਕੀ ਦਾ ਸੋਹਰਾ ਲਾਲਾ ਕਿਰਪਾ ਸਾਗਰ ਆਪਣੀ ਧੀ ਨੂੰ ਜਿਤਾਉਂਦਾ ਨਾ ਥੱਕਦਾ ਕਿਉਂਨੇ ਉਹਦੇ ਘਰ ਵਾਲੇ ਦਾ ਗਰੋ ਟਾਲਦਾ ਸੀ ਉਦੋਂ ਸ਼ੋਕੀ ਦੀ ਵਾਟੀ ਆਪਣੇ ਘਰ ਵਾਲੇ ਨੂੰ ਪਿਤਾ ਜੀ ਦੁਆਰਾ ਕੀਤੇ ਗਏ ਉਪਾਸ ਸਦਕਾ ਹੋਏ ਉਪਕਾਰ ਲਈ ਸਦਾ ਰੀੜੀ ਰਹਿਣ ਦਾ ਹੱਕ ਸਾਬਤ ਕਰਦੀ ਰਹਿੰਦੀ ਇਹ ਸਭ ਤੇ ਸ਼ੋਕੀ ਨੂੰ ਯਕੀਨ ਸੀ 2 ਮਹੀਨੇ ਹੋ ਗਏ ਉਹਦੇ ਬੁੱਥੇ ਤੇ ਘਸੁੰਨ ਵਜਿਆ ਤੇ ਨਾ ਹੀ ਉਹਦੇ ਕੱਪੜੇ ਪਾਟੇ ਸੀ ਵਕਤ ਹੋਰ ਬੀਤਦਾ ਗਿਆ ਡੇਢ ਸਾਲ ਤੱਕ ਚੌਂਪਰਾਵਾਂ ਦਾ ਕਿਤੇ ਕਿਤੇ ਮੇਲ ਯਾਮਨਾ ਸਾਹਮਣਾ ਨਾ ਹੋਇਆ ਸੋ ਲੜਾਈ ਕਿਵੇਂ ਹੁੰਦੀ ਪਰ ਸ਼ੋਕੀ ਉਹਦੀ ਬੋਟੀ ਤੇ ਉਹਦਾ ਸੋਹਰਾ ਇਹਨੂੰ ਜੋਤਸ਼ੀ ਦੇ ਦੱਸੇ ਹੋਏ ਉਪਾਅ ਦਾ ਹੀ ਨਤੀਜਾ ਮੰਨਦੇ ਉਧਰ ਸ਼ੋਕੀ ਦੇ ਵੱਡੇ ਮੁੰਡੇ ਦਾ ਰਿਸ਼ਤਾ ਪੱਕਾ ਹੋ ਗਿਆ ਕੁੜੀ ਵਾਲਿਆਂ ਨੇ ਸ਼ਗਨ ਲਾਉਣ ਆਉਣਾ ਸੀ ਸ਼ੋਕੀ ਦੇ ਸੋਹਰੇ ਨੇ ਉਹਨੂੰ ਨੇਕ ਤੇ ਕੀਮਤੀ ਰਾਏ ਦਿੱਤੀ ਕਿ ਗਰੋਥ ਚਾਲ ਟਲ ਗਈ ਹੈ ਤੇ ਭਰਾਵਾਂ ਦਾ ਗੁੱਸਾ ਗਿਲਾਵੇ ਕੀਤੇ ਗਏ ਉਪਾਕਰਣ ਮਰ ਚੁੱਕੇ ਇਸ ਲਈ ਦੋ ਭੈਣਾਂ ਤੇ ਤਿੰਨਾਂ ਮਾਸੀਆਂ ਤੇ ਦੋ ਮਮੀਆਂ ਵਿੱਚੋਂ ਇੱਕ ਇੱਕ ਜੀਂਦੀ ਨੂੰ ਨਾਲ ਲੈ ਕੇ ਆਪਣੇ ਭਰਾਵਾਂ ਦੇ ਪਰਜਾਈਆਂ ਨੂੰ ਮਨਾ ਲਓ ਪਿਓ ਦੀ ਗਲਤੀ ਪਰੋੜਤਾ ਧੀ ਅਰਥਾਤ ਸ਼ੋਕੀ ਦੀ ਬੋਟੀ ਨੇ ਵੀ ਕੀਤੀ ਤੇ ਸ਼ੋਕੀ ਦੇ ਨਾਲ ਤੁਰੀਆਂ ਦੋ ਭੈਣਾਂ ਮਾਸੀ ਤੇ ਮਮੀ ਨੇ ਭਤੀਜੇ ਨੂੰ ਪੁੱਤ ਵਰਗਾ ਦੱਸਦੇ ਹੋਏ ਭਰਾਵਾਂ ਨੂੰ ਸ਼ਗਨ ਕਾਰਜ ਤੇ ਇਕੱਠਾ ਕਰੀ ਦਿੱਤਾ ਉਸਨ ਇਕੱਠ ਤਕੜਾ ਸੀ ਘਰ ਦੇ ਬਾਹਰ ਦੇ ਦੂਰ ਦੇ ਨੇੜੇ ਦੇ ਆਪਣੇ ਤੇ ਬਗਾਨੇ ਬਥੇਰੇ ਸੱਦੇ ਗਏ ਸਨ ਰੋਟੀ ਪਾਣੀ ਦਾ ਪ੍ਰਬੰਧ ਰੀਜਨਲ ਕੀਤਾ ਗਿਆ ਸੀ ਕੁਝ ਸਿਆਣਿਆਂ ਨੇ ਪਿਆਰ ਵਧਾਉਣ ਵਾਲੀ ਸਲਾਹ ਦੇ ਕੇ ਪੂਰੀ ਵੀ ਘਰ ਵਿਖਾਈ ਤੇ ਤਿੰਨ ਰੁੱਸੇ ਭਰਾਵਾਂ ਨੂੰ ਇੱਕ ਮੇਜ਼ ਤੇ ਬਿਠਾ ਕੇ ਚੌਥੇ ਭਰਾ ਸ਼ੋਕੀ ਨੂੰ ਉਹਨਾਂ ਨੂੰ ਰੋਟੀ ਖਵਾਉਣ ਤੇ ਲਾ ਦਿੱਤਾ ਇਹ ਸਭ ਕੁਝ ਹੋਇਆ ਤਾਂ ਬੜੀ ਮਗਜ਼ਮਾਰੀ ਨਾਲ ਸੀ ਪਰ ਇਹਦੇ ਹੋਣ ਤੇ ਸਾਰੇ ਬਹੁਤ ਖੁਸ਼ ਸਨ લાલા કૃપારામ શોકી ਦੇ ਸਹਰਾ ਜੀ ਤਾਂ ਖੁਸ਼ੀ ਨਾਲ ਫੁੱਲ ਕੇ ਕੁੱਪਾ ਹੋਈ ਜਾਂਦੇ ਸਨ ਆਖਰ ਉਹਨਾਂ ਨੇ ਜੋਤਿਸ਼ੀ ਤੋਂ ਪੁੱਛ ਕੇ ਕਰਵਾਏ ਗਏ ਉਪਾਦ ਆਈ ਕਾਏ ਮਿੱਠਾ ਫਲ ਸੀ ਪਰ ਕੁਦਰਤ ਦੀ ਕਰਨੀ ਕੌਣ ਜਾਣੇ ਭਾਸ਼ੀ ਆਨੰਦ ਤੇ ਕ੍ਰਿਸ਼ਨ ਇੱਕ ਮੇਜ਼ ਤੇ ਬੈਠੇ ਸਨ ਉਹਨਾਂ ਦੇ ਸਾਹਮਣੇ ਪਲੇਟਾਂ ਸ਼ੌਕੀ ਨੇ ਆਪ ਰੱਖੀਆਂ ਮਟਰ ਪਨੀਰ ਦੀ ਸਬਜੀ ਸੁਹਾਂਜਣੇ ਦਾ ਰਾਇਤਾ ਮਲਾਈ ਕੋਫਤੇ ਵੀ ਸ਼ੌਕੀ ਨੇ ਆਪਣੇ ਹੱਥਾਂ ਨਾਲ ਪਰੋਸੇ ਸਭ ਵੇਖਣ ਵਾਲਿਆਂ ਨੂੰ ਖੁਸ਼ੀ ਤਾਂ ਹੋ ਹੀ ਰਹੀ ਸੀ ਪਰ ਭਾਸ਼ੀ ਆਨੰਦ ਤੇ ਕ੍ਰਿਸ਼ਨ ਨੂੰ ਖਾਣ ਵਾਲੀ ਸਵਾਦੀ ਸਮਗਰੀ ਦੀ ਖੁਸ਼ਬੂ ਤੇ ਰੁੱਸਿਓ ਮਨਾਏ ਜਾਣ ਦਾ ਆਨੰਦ ਵੀ ਮਜ਼ੇ ਦੇ ਰਿਹਾ ਸੀ ਬਸ ਉਬਲੀ ਬਾਸਮਤੀ ਦੇ ਚੌਲਾਂ ਤੇ ਪੂੜੀਆਂ ਸ਼ੌਕੀ ਭਰਾ ਦੁਆਰਾ ਪਲੇਟਾਂ 'ਚ ਰੱਖੇ ਜਾਣ ਤੇ ਤਿੰਨਾਂ ਨੇ ਖਾਣਾ ਸ਼ੁਰੂ ਕਰ ਦੇਣਾ ਸੀ ਇਹ ਘੜੀ ਲਾਲਾ ਕਿਰਪਾ RAM ਲਈ ਕਿੰਨੀ ਸੁਹਾਵਣੀ ਸੀ ਪਰ ਲਿਖੀਆਂ ਦਾ ਕਿਹਨੂੰ ਭੇਦ ਪਤਾ ਨਹੀਂ ਉੱਥੇ ਦੋ ਕੁੱਤੇ ਕਿੱਥੋਂ ਆ ਕੇ ਬਹਿ ਗਏ ਇੱਕ ਕੁੱਤਾ ਕਾਲਾ ਇੱਕ ਭੂਰਾ ਸੀ ਦੋਵੇਂ ਜ਼ੁਬਾਨਾਂ ਕੱਢੀ ਕਰ ਰਹੇ ਸਨ ਸ਼ੌਕੀ ਦੀ ਕੁੱਤਿਆਂ ਤੇ ਨਜ਼ਰ ਪਈ ਤੇ ਕਾਲੇ ਕੁੱਤੇ ਨੂੰ ਵੇਖ ਕੇ ਜੋਤਸ਼ੀ ਦੇ ਦੱਸੇ ਉਪਾਅ ਅਨੁਸਾਰ ਅੱਜ 40 ਦਿਨ ਕਾਲੇ ਕੁੱਤੇ ਨੂੰ ਪਾਏ ਗਏ ਪਰੌਂਠੇ ਤੇ ਰੋਟੀਆਂ ਯਾਦ ਆ ਗਈ ਉਸ ਉਪਾਅ ਦੇ ਕਰਾਮਾਤੀ ਅਸਰदाई ਫਾਲ ਸੀ ਕਿ ਅੱਜ ਇਸ ਖੁਸ਼ੀ ਦੇ ਮੌਕੇ ਤੇ ਰੁੱਸੀਆਂ ਭਰਾਵਾਂ ਦਾ ਮਿਲਣ ਹੋ ਗਿਆ ਸੀ ਸ਼ੌਕੀ ਨੂੰ ਸਾਹਮਣੇ ਬੈਠਾ ਕਾਲਾ ਕੁੱਤਾ ਕਿਸੇ ਫਰਿਸ਼ਤੇ ਦਾ ਰੂਪ ਲੱਗਾ ਉਸੇ ਵਕਤ ਪੂੜੀਆਂ ਲੈ ਕੇ ਕੋਈ ਕਾਮਾ ਉਹਦੇ ਵੱਲ ਆ ਰਿਹਾ ਸੀ ਅਨਜਾਣੇ ਖੱਬੇ ਪਾਸੇ ਬੈਠੇ ਭਰਾਵਾਂ ਵੱਲ ਤੇ ਸੱਜੇ ਪਾਸੇ ਕੁੱਤਿਆਂ ਨੂੰ ਵੇਖ ਕੇ ਸ਼ੌਕੀ ਬੋਲ ਪਿਆ ਲਿਆਈ ਯਾਰ ਹੋਰਾ ਮੈਂ ਕੁੱਤਿਆਂ ਨੂੰ ਪੂੜੀਆਂ ਪਾਵਾਂ ਇਹ ਸ਼ੌਕੀ ਕੋਲੋਂ ਸਹਿਤ ਸੁਭਾ ਕੁਝ ਗੁਜ਼ਰਿਆ ਹੋਇਆ ਯਾਦ ਕਰਕੇ ਆਖਿਆ ਗਿਆ ਛੜਾਕ ਛੜਾਕ ਖੜੇ ਸ਼ੌਕੀ ਦੇ ਖੱਬੇ ਪਾਸੇ ਮੇਜ਼ ਤੇ ਬੈਠੇ ਤਿੰਨ ਭਰਾਵਾਂ ਨੇ ਸਬਜ਼ੀ ਵਾਲੀਆਂ ਪਲੇਟਾਂ ਤੇ ਪਾਣੀ ਵਾਲੇ ਜੱਗ ਚੁੱਕੇ ਸ਼ੌਕੀ ਵੱਲ ਦੇ ਮਾਰੇ ਕੋਈ ਭਾਂਡਾ ਸ਼ੌਕੀ ਦੇ ਸਿਰ ਤੇ ਕੋਈ ਕਿਤੇ ਵੱਜਾ ਤਿੰਨ ਭਰਾਵਾਂ ਨੇ ਮੇਜ਼ ਉਲਟਾ ਦਿੱਤਾ ਤੇ ਸ਼ੋਕੀ ਨੂੰ ਜਾਂ ਚਿੰਬੜੇ ਮਿੰਟਾਂ 'ਚ ਕੋ ਹਰਾਮ ਮਚ ਗਿਆ ਕਿਸੇ ਦੀ ਕੁਝ ਸਮਝ ਨਾ ਆਇਆ ਤਿੰਨਾਂ ਭਰਾਵਾਂ ਨੇ ਸ਼ੋਕੀ ਨੂੰ ਥੱਲੇ ਸੁੱਟ ਕੇ ਸੁਨਾਂ ਦੀ ਵਾਛੜ ਸ਼ੁਰੂ ਕਰਤੀ ਆਏ ਪਰੌਣਿਆਂ ਨੇ ਮਸਾਂ ਹੀ ਛੁਡਾਇਆ ਤੇ ਭਾਸ਼ੀ ਕ੍ਰਿਸ਼ਨ ਤੇ ਆਨੰਦ ਅੱਗੇ ਨਾਲੋਂ ਵਿਵਾਦ ਗੁੱਸੇ 'ਚ ਆ ਕੇ ਸਾਰਿਆਂ ਨੂੰ ਦੱਸ ਰਹੇ ਸੀ ਕਿ ਸ਼ੋਕੀ ਨੇ ਉਹਨਾਂ ਨੂੰ ਘਰ ਸੱਦ ਕੇ ਕੁੱਤਾ ਕਿਹਾ ਸੀ ਧੰਨਵਾਦ